ਹਾਂਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਯੂਟਿਊਬ ਚੈਨਲ ਗ੍ਰਿਆਮ ਸਟੱਡੀ ਵਿਦ ਜੋਬ ਅਲਰਟ 'ਤੇ। ਤਾਂ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। 254 ਅਸਾਮੀਆਂ 'ਤੇ ਜਿਹੜੀ ਭਰਤੀ ਆਈ ਹੈ, ਇਹਦੇ ਸੰਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਹੈ। ਸੋ ਕਿਹੜੇ ਡਿਪਾਰਟਮੈਂਟ ਵਿੱਚ ਇਹ ਭਰਤੀ ਹੈ, ਕਦੋਂ ਤੱਕ ਅਪਲਾਈ ਕਰਨਾ, ਕਿਹੜੀ ਸਾਈਟ 'ਤੇ ਜਾ ਕੇ ਕਰਨਾ, ਤਾਂ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤਾਂ ਇਹ ਭਰਤੀ ਆਈ ਹੈ ਜੀ ਇੰਡੀਅਨ ਨੇਵੀ ਦੇ ਵਿੱਚ, ਜਿਹਦੇ ਵਿੱਚ 254 ਅਸਾਮੀਆਂ ਲਈ ਐਪਲੀਕੇਸ਼ਨ ਦੀ ਜਿਹੜੀ ਮੰਗ ਕੀਤੀ ਗਈ ਹੈ। ਸ਼ਾਰਟ ਸਰਵਿਸ ਕਮਿਸ਼ਨ ਜਿਹਨੂੰ ਆਪਾਂ SSC ਕਹਿੰਦੇ ਹਾਂ, ਤਾਂ 254 ਅਸਾਮੀਆਂ ਦੇ ਸੰਬੰਧ ਵਿੱਚ ਨੋਟੀਫਿਕੇਸ਼ਨ ਹੈ ਜਿਹੜਾ ਜਾਰੀ ਕੀਤਾ ਹੈ। ਤਾਂ ਨੋਟੀਫਿਕੇਸ਼ਨ ਜਿਹੜਾ ਇਹਨਾਂ ਦੀ ਵੈਬਸਾਈਟ ਹੈ indiannavy.gov.in, ਇਸ 'ਤੇ ਜਾਰੀ ਕੀਤਾ ਗਿਆ। ਤਾਂ 24 ਫਰਵਰੀ 2024 ਤੋਂ ਅਪਲਾਈ ਪ੍ਰੋਸੈਸ ਜਿਹੜਾ ਇਹਦਾ ਸਟਾਰਟ ਹੋ ਚੁੱਕਿਆ ਹੈ। ਤਾਂ ਚਾਹਵਾਨ ਉਮੀਦਵਾਰ ਅਤੇ ਜਿਹੜੇ ਯੋਗ ਨੇ 10 ਮਾਰਚ 2024 ਤੱਕ ਇਹਨਾਂ ਪੋਸਟਾਂ ਦੀ ਅਪਲਾਈ ਹੈ ਜਿਹੜਾ ਕਰ ਸਕਦੇ ਨੇ। ਤਾਂ 19 ਫਰਵਰੀ ਨੂੰ ਇਹਦਾ ਨੋਟੀਫਿਕੇਸ਼ਨ ਜਿਹੜਾ ਜਾਰੀ ਹੁੰਦਾ ਹੈ। 24 ਫਰਵਰੀ ਤੋਂ ਫਾਰਮ ਭਰਨੇ ਜਿਹੜੇ ਸ਼ੁਰੂ ਹੋ ਜਾਂਦੇ ਹੈ, ਅਤੇ ਆਖਰੀ ਮਿਤੀ ਹੈ ਜਿਹੜੀ 10 ਮਾਰਚ 2024 ਹੈ। ਤਾਂ ਬਾਕੀ ਦੀ ਜਾਣਕਾਰੀ ਤੁਹਾਨੂੰ ਇਹਨਾਂ ਦੀ ਔਫੀਸ਼ੀਅਲ ਵੈਬਸਾਈਟ 'ਤੇ ਮਿਲੇਗੀ, ਕਿਉਂਕਿ ਸ਼ੋਰਟ ਦੇ ਵਿੱਚ ਇੱਥੇ ਇਹਨਾਂ ਨੇ ਜਾਣਕਾਰੀ ਦਿੱਤੀ ਹੋਈ ਹੈ। ਸੋ ਉਮਰ ਹੱਦ ਕੀ ਹੈ, ਕੁਆਲੀਫਿਕੇਸ਼ਨ ਕੀ ਹੈ, ਤਾਂ ਇਹ ਸਾਰੀ ਜਿਹੜੀ ਜਾਣਕਾਰੀ ਹੈ indiannavy.gov.in ਇਹ ਵੈਬਸਾਈਟ 'ਤੇ ਜਾ ਕੇ ਤੁਹਾਨੂੰ ਮਿਲੇਗੀ। ਤਾਂ ਸਾਰੇ ਜਾਣੇ ਇਸ ਵੈਬਸਾਈਟ 'ਤੇ ਵਿਜ਼ਿਟ ਕਰਕੇ ਬਾਕੀ ਦੀ ਜਾਣਕਾਰੀ ਜਿਹੜੀ ਲੈ ਸਕਦੇ ਹੋ। ਬਾਕੀ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਧੰਨਵਾਦ ਜੀ।